ਸਤਿ ਸ੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰੀਏਸ਼ਨ ਯੂਟਿਊਬ ਚੈਨਲ 'ਤੇ। ਅੱਜ ਮੈਂ ਤੁਹਾਨੂੰ ਇਹ ਜਿਗ ਜੈਗ ਬਟਨ ਪੱਟੀ ਬਣਾਉਣੀ ਦੱਸਾਂਗੀ, ਠੀਕ ਹੈ। ਕੋਈ ਵੀ ਤੁਸੀਂ ਮਤਲਬ ਆਪਣੇ ਕਾਰਡੀਗਨ ਵਗੈਰਾ ਜਦੋਂ ਆਪਾਂ ਬਣਾਉਣੇ ਤਾਂ ਬਟਨ ਪੱਟੀ ਬਣਾਉਣੇ ਦੋਨਾਂ ਜਿਹੜੇ ਪਾਸਿਆਂ 'ਤੇ, ਇਸ ਤਰ੍ਹਾਂ ਲੈਫਟ ਸਾਈਡ ਰਾਈਟ ਸਾਈਡ, ਠੀਕ ਹੈ। ਤਾਂ ਜਿਹੜੀ ਆਪਾਂ ਇਹ ਜਿਗ ਜੈਗ ਬਟਨ ਪੱਟੀ ਬਣਾਉਣੀ ਹੈ, ਕਿਸ ਤਰ੍ਹਾਂ ਬਣਾਉਣੀ ਹੈ, ਬਹੁਤ ਹੀ ਸੌਖੇ ਤਰੀਕੇ ਨਾਲ ਅੱਜ ਮੈਂ ਤੁਹਾਨੂੰ ਦੱਸੂੰਗੀ। ਬਹੁਤ ਆਸਾਨੀ ਨਾਲ ਤੁਸੀਂ ਇਸ ਨੂੰ ਬਣਾ ਲਉਂਗੇ, ਠੀਕ ਹੈ। ਜਿਵੇਂ ਇਹ ਆਪਣੀ ਬਟਨ ਪੱਟੀ ਹੈ, 10 ਕੁੰਡਿਆਂ ਦੀ ਬਟਨ ਪੱਟੀ ਹੈ ਆਪਣੀ। ਤੁਸੀਂ ਜ਼ਿਆਦਾ ਕੁੰਡੇ ਲਏ ਆ ਤਾਂ ਜ਼ਿਆਦਾ ਕੁੰਡਿਆਂ 'ਤੇ ਬਣਾ ਲੈਣੀ ਹੈ। ਮੈਂ 10 ਕੁੰਡਿਆਂ 'ਤੇ ਤੁਹਾਨੂੰ ਬਣਾ ਕੇ ਦੱਸੂੰਗੀ। ਇੱਧਰ ਆਪਣਾ ਕੋਈ ਵੀ ਡਿਜ਼ਾਇਨ ਹੋਊਗਾ ਤੁਸੀਂ ਸੈੱਟ ਕਰ ਲੈਣਾ। ਇਹ ਨਾਲ ਇਸ ਤਰ੍ਹਾਂ ਮੈਂ ਕਿਨਾਰੀ ਬਣਾਈ ਹੈ, ਦੇਖੋ ਕਿੰਨੀ ਸੋਹਣੀ ਕਿਨਾਰੀ ਆ ਰਹੀ ਹੈ। ਬਹੁਤ ਹੀ ਸੌਖੇ ਤਰੀਕੇ ਨਾਲ ਦੋ ਦੋ ਕੁੰਡਿਆਂ 'ਤੇ ਬਣੀ ਹੈ ਇਹ ਕਿਨਾਰੀ। ਇਹਦੇ ਨਾਲ ਕੀ ਹੁੰਦਾ, ਜਦੋਂ ਤੁਸੀਂ ਇਸ ਤਰ੍ਹਾਂ ਕਿਨਾਰੀ ਬਣਾਓਗੇ ਤਾਂ ਤੁਹਾਨੂੰ ਜਿਹੜਾ ਕਰੋਸ਼ੀਏ ਨਾਲ ਫਿਰ ਦੁਬਾਰਾ ਵਰਕ ਕਰਨ ਦੀ ਲੋੜ ਨਹੀਂ ਪੈਣੀ ਉੱਪਰ, ਠੀਕ ਹੈ। ਜੇਕਰ ਆਪਾਂ ਇਹ ਕਿਨਾਰੀ ਨਹੀਂ ਬਣਾਵਾਂਗੇ ਤਾਂ ਆਪਣਾ ਇਸ ਤਰ੍ਹਾਂ ਬਣੂਗਾ ਸਿੰਪਲ ਕਿਨਾਰੀ। ਫਿਰ ਆਪਾਂ ਨੂੰ ਕਰੋਸ਼ੀਏ ਨਾਲ ਉੱਪਰ ਆ ਜਿਹੜੀ ਕਰੋਸ਼ੀਏ ਨਾਲ ਲੈਸ ਲਗਾਉਣੀ ਪਊਗੀ, ਠੀਕ ਹੈ। ਤਾਂ ਜਦੋਂ ਆਪਾਂ ਇਸ ਤਰ੍ਹਾਂ ਬਣਾਵਾਂਗੇ ਤਾਂ ਦੋ ਦੋ ਕੁੰਡਿਆਂ ਨਾਲ ਕਿਨਾਰੀ ਬਣਾਉਂਦੇ ਜਾਵਾਂਗੇ ਤਾਂ ਬਹੁਤ ਹੀ ਸੋਹਣੀ ਕਿਨਾਰੀ ਬਣਦੀ ਜਾਊਗੀ। ਇਹ ਹੈਗਾ ਆਪਣਾ ਸੱਜਾ ਪਾਸਾ, ਰਾਈਟ ਸਾਈਡ। ਇਹ ਰਾਈਟ ਸਾਈਡ ਦੀ ਬਟਨ ਪੱਟੀ ਹੈ। ਅਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਆਪਾਂ ਇਹਨੂੰ ਬਣਾਉਣਾ। ਇਹਦੇ ਵਾਸਤੇ ਜਿਹੜੇ ਮੈਂ 10 ਕੁੰਡੇ ਪਾਏ ਹੈ ਸਿਲਾਈ 'ਤੇ, 10 ਕੁੰਡਿਆਂ 'ਤੇ ਆਪਾਂ ਬਣਾਵਾਂਗੇ ਬਟਨ ਪੱਟੀ, ਠੀਕ ਹੈ। ਇਹ ਸਿੱਧੀ ਸਾਈਡ ਹੈ, ਇਸ ਤਰ੍ਹਾਂ ਸਿੱਧੀ ਸਾਈਡ ਤੋਂ ਪਹਿਲਾਂ ਆਪਾਂ ਸ਼ੁਰੂ ਕਰਾਂਗੇ ਸਿਲਾਈ। ਤਾਂ ਦੋ ਦੋ ਕੁੰਡੇ ਜਿਹੜੇ ਆਪਣੇ, ਮਤਲਬ ਜਿਹੜੇ ਦੋ ਕੁੰਡੇ ਆ, ਇਹ ਆਈ ਕੋਡ ਵਾਸਤੇ ਬਣਾਵਾਂਗੇ ਆਪਾਂ, ਠੀਕ ਹੈ, ਕਿਨਾਰੀ ਵਾਸਤੇ। ਤਾਂ ਇਹਨਾਂ ਵਿੱਚੋਂ ਪਹਿਲਾ ਕੁੰਡਾ ਆਪਾਂ ਇਸ ਤਰ੍ਹਾਂ ਸਲਿੱਪ ਕਰਨਾ, ਦੂਸਰਾ ਕੁੰਡਾ ਆਪਾਂ ਇਸ ਤਰ੍ਹਾਂ ਸਲਿੱਪ ਕਰਨਾ, ਜਿਵੇਂ ਆਪਾਂ ਉਲਟਾ ਕੁੰਡਾ ਬਣਾਉਂਦੇ ਹਾਂ, ਠੀਕ ਹੈ। ਇਸ ਤਰ੍ਹਾਂ ਥਰੈਡ ਕਰਾਂਗੇ ਅੱਗੇ। ਹੁਣ ਆਪਣੇ 8 ਕੁੰਡੇ ਰਹਿ ਗਏ, 10 ਕੁੰਡੇ ਆ ਸਾਰੇ ਸਿਲਾਈ ਅਤੇ 2 ਕੁੰਡੇ ਕਿਨਾਰੀ ਵਾਲੇ ਨਿਕਲ ਗਏ। ਅਤੇ ਹੁਣ ਆਪਣੇ 8 ਕੁੰਡੇ ਆਪਾਂ ਬਣਾਵਾਂਗੇ ਉਲਟੇ, 1, 2, 3, 4, 5, 6, 7, 8, ਠੀਕ ਹੈ, ਇਸ ਤਰ੍ਹਾਂ। ਹੁਣ ਉਲਟੀ ਸਾਈਡ 'ਤੇ ਆ ਗਏ ਆਪਾਂ। ਉਲਟੀ ਸਾਈਡ ਤੋਂ ਆਪਾਂ ਕੁੰਡੇ ਵਧਾਉਣੇ। ਪਹਿਲਾਂ ਆਪਾਂ 7 ਕੁੰਡੇ ਤਾਂ ਬਣਾ ਲਾਂਗੇ ਉਲਟੇ, 1, 2, 3, 4, 5, 6, 7, ਇਸ ਤਰ੍ਹਾਂ। ਹੁਣ 8ਵੇਂ ਕੁੰਡੇ 'ਤੇ ਆਪਾਂ ਕੁੰਡੇ ਵਧਾਉਣੇ ਹੈ। ਪਹਿਲਾਂ ਆਪਾਂ ਇਹਨੂੰ ਇਸ ਤਰ੍ਹਾਂ ਬਣਾ ਲਾਂਗੇ ਇੱਕ ਵਾਰ, ਫਿਰ ਆਪਾਂ ਕੁੰਡਾ ਉਤਾਰ ਕੇ ਇਸ ਤਰ੍ਹਾਂ ਕਰਕੇ ਇਹਨੂੰ ਫਿਰ ਇੱਕ ਵਾਰ ਫਿਰ ਬਣਾ ਲਾਂਗੇ ਉਲਟਾ ਕੁੰਡਾ। ਤਾਂ ਇੱਕ ਕੁੰਡੇ 'ਤੇ 2 ਕੁੰਡੇ ਬਣ ਗਏ ਆਪਣੇ, ਠੀਕ ਹੈ, ਇੱਕ ਕੁੰਡਾ ਵੱਧ ਗਿਆ। ਹੁਣ ਇਹ 2 ਕੁੰਡੇ ਜਿਹੜੇ ਆਪਣੇ ਕਿਨਾਰੀ ਵਾਲੇ, ਇਹਨਾਂ ਨੂੰ ਆਪਾਂ ਉਲਟੇ ਬਣਾ ਲਾਂਗੇ ਉਲਟੀ ਸਾਈਡ ਤੋਂ, ਇਸ ਤਰ੍ਹਾਂ। ਇਸੇ ਤਰ੍ਹਾਂ ਆਪਾਂ ਕੁੰਡੇ ਵਧਾਉਂਦੇ ਜਾਣਾ। ਹੁਣ ਫਿਰ ਆ ਗਈ ਸਿੱਧੀ ਸਾਈਡ 'ਤੇ ਆਪਾਂ, 2 ਕੁੰਡੇ ਆਈ ਕੋਡ ਵਾਲੇ ਜਿਹੜੇ ਆਪਣੇ, ਉਸੇ ਤਰ੍ਹਾਂ ਇੱਕ ਇਸ ਤਰ੍ਹਾਂ ਉਤਾਰਨਾ, ਇੱਕ ਇਸ ਤਰ੍ਹਾਂ ਉਤਾਰਨਾ, ਠੀਕ ਹੈ, ਇਸ ਤਰ੍ਹਾਂ। ਅੱਗੇ ਆਪਣੇ ਇੱਕ ਸਿੱਧੇ ਪਾਸੇ ਤੋਂ ਆਪਾਂ ਕੋਈ ਕੁੰਡਾ ਨਹੀਂ ਵਧਾਉਣਾ, ਸਾਰੇ ਕੁੰਡੇ ਆਪਾਂ ਇਸ ਤਰ੍ਹਾਂ ਉਲਟੇ ਬਣਾ ਲੈਣੇ ਹੈ। ਉਲਟੀ ਸਾਈਡ ਤੋਂ ਆਪਾਂ ਕੁੰਡਾ ਵਧਾਉਣਾ,
ਹੁਣ ਉਲਟੀ ਸਾਈਡ 'ਤੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਹੁਣ ਨੌਵੇਂ ਕੁੰਡੇ 'ਤੇ ਆਪਾਂ ਕੁੰਡੇ ਵਧਾਉਣੇ ਹੈ ਜਿਹੜੇ ਦੋ ਕੁੰਡੇ ਆਪਣੇ ਕਿਨਾਰੀ ਵਾਲੇ ਇਹਨਾਂ ਨੂੰ ਛੱਡ ਕੇ ਨਾਲ ਵਾਲੇ ਕੁੰਡੇ 'ਤੇ ਆਪਾਂ ਕੁੰਡੇ ਵਧਾਉਂਦੇ ਜਾਣਾ ਪਹਿਲਾਂ ਆਪਾਂ ਇਸ ਤਰ੍ਹਾਂ ਉਲਟਾ ਕੁੰਡਾ ਬਣਾਉਣਾ ਫਿਰ ਆਪਾਂ ਇਸ ਤਰ੍ਹਾਂ ਕੁੰਡਾ ਪਲਟ ਲੈਣਾ ਇਸ ਤਰ੍ਹਾਂ ਫਿਰ ਆਪਾਂ ਇੱਕ ਕੁੰਡਾ ਹੋਰ ਬਣਾ ਦੇਣਾ ਇੱਕ ਕੁੰਡੇ ਤੋਂ ਦੋ ਕੁੰਡੇ ਬਣ ਗਏ ਕਿਨਾਰੀ ਵਾਲੇ ਕੁੰਡੇ ਜਿਹੜੇ ਆਪਣੇ ਦੋਨੇ ਉਲਟੇ ਬਣਾ ਲਾਂਗੇ ਉਲਟੀ ਸਾਈਡ ਤੋਂ ਇਸ ਤਰ੍ਹਾਂ ਹੁਣ ਫਿਰ ਆਪਾਂ ਆ ਗਏ ਸਿੱਧੀ ਸਾਈਡ 'ਤੇ ਸਿੱਧੀ ਸਾਈਡ 'ਤੇ ਫਿਰ ਆਪਾਂ ਕਿਨਾਰੀ ਵਾਲੇ ਕੁੰਡੇ ਪਹਿਲਾਂ ਦੋ ਬਣਾ ਲੈਣੇ ਉਸ ਤੋਂ ਬਾਅਦ ਸਾਰੇ ਕੁੰਡੇ ਉਲਟੇ ਸਿੱਧੀ ਸਾਈਡ ਤੋਂ ਕੋਈ ਕੁੰਡਾ ਆਪਾਂ ਵਧਾਉਣਾ ਨਹੀਂ ਹੁਣ ਫਿਰ ਉਲਟੀ ਸਾਈਡ 'ਤੇ ਉਲਟੀ ਸਾਈਡ 'ਤੇ ਆਪਾਂ ਹਰ ਵਾਰ ਇੱਕ ਇੱਕ ਕੁੰਡਾ ਵਧਾਉਂਦੇ ਜਾਣਾ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਹੁਣ ਆਪਾਂ ਦਸਵੇਂ ਕੁੰਡੇ 'ਤੇ ਬਣਾਉਣੇ ਦੋ ਕੁੰਡੇ ਇਹ ਦੋ ਕੁੰਡੇ ਛੱਡ ਕੇ ਕਿਨਾਰੀ ਵਾਲੇ ਨਾਲ ਵਾਲੇ ਕੁੰਡੇ 'ਤੇ ਆਪਾਂ ਕੁੰਡਾ ਵਧਾਉਣਾ ਹੁੰਦਾ ਪਹਿਲਾਂ ਆਪਾਂ ਇੱਥੇ ਸੱਤਵੇਂ ਕੁੰਡੇ 'ਤੇ ਵਧਾਇਆ ਫਿਰ ਅੱਠਵੇਂ 'ਤੇ ਫਿਰ ਨੌਵੇਂ 'ਤੇ ਹੁਣ ਆਪਾਂ ਦਸਵੇਂ ਕੁੰਡੇ 'ਤੇ ਇਸ ਤਰ੍ਹਾਂ ਕੁੰਡਾ ਵਧਾਉਣਾ ਪਹਿਲਾਂ ਇੱਕ ਵਾਰ ਬਣਾਇਆ ਇਸ ਤਰ੍ਹਾਂ ਫਿਰ ਜਿਹੜਾ ਕੁੰਡਾ ਆਪਾਂ ਇਸ ਤਰ੍ਹਾਂ ਪਲਟ ਕੇ ਦੂਸਰੀ ਵਾਰ ਬਣਾ ਲਿਆ ਇਸ ਤਰ੍ਹਾਂ ਕਿਨਾਰੀ ਵਾਲੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਠੀਕ ਹੈ ਫਿਰ ਆ ਗਏ ਆਪਾਂ ਸਿੱਧੀ ਸਾਈਡ 'ਤੇ ਸਿੱਧੀ ਸਾਈਡ 'ਤੇ ਆਪਾਂ ਸਿਲਾਈ ਉਸੇ ਤਰ੍ਹਾਂ ਬਣਾਉਣੀ ਹੈ ਕੋਈ ਵੀ ਕੁੰਡਾ ਆਪਾਂ ਵਧਾਉਣਾ ਘਟਾਉਣਾ ਨਹੀਂ ਇਸ ਤਰ੍ਹਾਂ ਸਾਰੇ ਕੁੰਡੇ ਆਪਣੇ ਉਲਟੇ ਹੋ ਜਾਣਗੇ ਇੱਕ ਵਾਰ ਮੈਂ ਤੁਹਾਨੂੰ ਕੁੰਡਾ ਜਿਹੜਾ ਹੋਰ ਬਣਾ ਕੇ ਦਿਖਾ ਦਿੰਦੀ ਹਾਂ ਵਧਾ ਕੇ ਇਸੇ ਤਰ੍ਹਾਂ ਕਰਦੀ ਵੀ ਮੈਂ ਪੰਜ ਕੁੰਡੇ ਵਧਾਉਂਗੀ ਉਲਟੀ ਸਾਈਡ 'ਤੇ ਆ ਗਏ ਆਪਾਂ ਫਿਰ ਕੁੰਡਾ ਵਧਾਵਾਂਗੇ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਵੇਂ ਕੁੰਡੇ 'ਤੇ ਆਪਾਂ ਕੁੰਡਾ ਵਧਾਵਾਂਗੇ ਪਹਿਲਾਂ ਇੱਕ ਵਾਰ ਇਸ ਤਰ੍ਹਾਂ ਉਲਟਾ ਬਣਾਉਣਾ ਫਿਰ ਇਹਨੂੰ ਪਲਟ ਲੈਣਾ ਇਸ ਤਰ੍ਹਾਂ ਫਿਰ ਦੂਸਰੀ ਵਾਰ ਉਲਟਾ ਬਣਾ ਦੇਣਾ ਇਸ ਤਰ੍ਹਾਂ ਠੀਕ ਹੈ ਫਿਰ ਇਹ ਦੋਨੇ ਕੁੰਡੇ ਜਿਹੜੇ ਆਪਣੇ ਕਿਨਾਰੀ ਵਾਲੇ ਉਲਟੇ ਬਣਾ ਲੈਣੇ ਉਲਟੀ ਸਾਈਡ ਤੋਂ ਤਾਂ ਹੁਣ ਆਪਣੇ ਕੋਲ ਜਿਹੜੇ ਦੋ ਚਾਰ ਛੇ ਅੱਠ ਦਸ ਬਾਰ੍ਹਾਂ ਚੌਦਾਂ ਕੁੰਡੇ ਹੋ ਗਏ ਇੱਕ ਕੁੰਡਾ ਆਪਾਂ ਹੋਰ ਵਧਾਉਣਾ ਤਾਂ ਮੈਂ ਇੱਥੇ ਤੁਹਾਨੂੰ ਵਧਾ ਕੇ ਦੱਸ ਦਿੰਦੀ ਹਾਂ ਤਾਂ ਜੋ ਤੁਹਾਨੂੰ ਕੋਈ ਪਰੇਸ਼ਾਨੀ ਨਾ ਆਵੇ ਇਸ ਤਰ੍ਹਾਂ ਇੱਕ ਕੁੰਡਾ ਉਤਾਰ ਕੇ ਇੱਕ ਇਸ ਤਰ੍ਹਾਂ ਉਤਾਰ ਕੇ ਸਾਰੇ ਕੁੰਡੇ ਸਿੱਧੀ ਸਾਈਡ ਤੋਂ ਉਲਟੇ
ਉਲਟੀ ਸਾਈਡ 'ਤੇ ਆ ਗਏ। ਫਿਰ ਆਪਾਂ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਵੇਂ ਕੁੰਡੇ 'ਤੇ ਆਪਾਂ ਕੁੰਡਾ ਵਧਾਵਾਂਗੇ। ਫਿਰ ਉਸੇ ਤਰ੍ਹਾਂ ਪਹਿਲਾਂ ਇੱਕ ਕੁੰਡਾ ਬਣਾ ਲੈਣਾ ਇਸ ਤਰ੍ਹਾਂ ਉਲਟਾ, ਫਿਰ ਇਹਨੂੰ ਪਲਟ ਲੈਣਾ ਇਸ ਤਰ੍ਹਾਂ, ਫਿਰ ਇੱਕ ਵਾਰ ਫਿਰ ਉਲਟਾ ਕੁੰਡਾ ਬਣਾ ਲੈਣਾ। ਇੱਕ ਕੁੰਡੇ ਤੋਂ ਦੋ ਕੁੰਡੇ ਬਣ ਜਾਂਦੇ, ਇਹ ਦੋ ਕੁੰਡੇ ਕਿਨਾਰੀ ਵਾਲੇ ਆਪਣੇ ਉਲਟੇ। ਠੀਕ ਹੈ, ਹੁਣ ਆਪਣੇ ਕੋਲ ਜਿਹੜੇ ਦੋ ਚਾਰ ਛੇ ਅੱਠ ਦਸ ਬਾਰਾਂ ਚੌਦਾਂ ਪੰਦਰਾਂ ਕੁੰਡੇ ਹੋ ਗਏ, ਤਾਂ ਹੁਣ ਆਪਾਂ ਕੋਈ ਕੁੰਡਾ ਨਹੀਂ ਵਧਾਉਣਾ। ਇੱਕ ਸਿਲਾਈ ਆਪਾਂ ਇਸੇ ਤਰ੍ਹਾਂ ਬਣਾ ਲੈਣੀ, ਇੱਕ ਸਿੱਧੇ ਪਾਸੇ ਤੋਂ ਇੱਕ ਉਲਟੇ ਪਾਸੇ, ਇਸ ਤਰ੍ਹਾਂ ਉਤਾਰ ਲੈਣਾ ਇਸ ਤਰ੍ਹਾਂ, ਫਿਰ ਸਾਰੇ ਕੁੰਡੇ ਉਲਟੇ। ਉਲਟੀ ਸਾਈਡ ਤੋਂ ਵੀ ਸਾਰੀ ਸਿਲਾਈ ਆਪਾਂ ਉਲਟੀ ਬਣਾ ਲਾਂਗੇ। ਜਦੋਂ ਆਪਣੇ ਕੁੰਡੇ 15 ਹੋ ਜਾਂਦੇ ਆ, ਤਾਂ ਇੱਕ ਸਿਲਾਈ ਆਪਾਂ ਸਿੱਧੇ ਪਾਸੇ ਤੋਂ ਇਸ ਤਰ੍ਹਾਂ, ਇੱਕ ਉਲਟੇ ਪਾਸੇ ਤੋਂ ਬਣਾ ਲੈਂਦੇ ਹਾਂ, ਕੋਈ ਕੁੰਡਾ ਵਧਾਉਂਦੇ ਕਢਾਉਂਦੇ ਨਹੀਂ। ਠੀਕ, ਜਿਹੜੇ ਆਪਣੇ ਦੋ ਕੁੰਡੇ ਆ ਕਿਨਾਰੀ ਵਾਲੇ, ਉਹ ਆਪਾਂ ਹਰ ਵਾਰ ਇਸੇ ਤਰ੍ਹਾਂ ਬਣਾਉਂਦੇ ਜਾਣਾ। ਹੁਣ ਸਿੱਧੀ ਸਾਈਡ 'ਤੇ ਆ ਗਏ ਆਪਾਂ, ਹੁਣ ਪੰਜ ਕੁੰਡੇ ਜਿਹੜੇ ਆਪਾਂ ਵਧਾਏ ਆ ਉਹ ਘਟਾਉਣੇ ਆ। ਵਧਾਏ ਆਪਾਂ ਉਲਟੇ ਪਾਸੇ ਤੋਂ, ਅਸੀਂ ਘਟਾਵਾਂਗੇ ਆਪਾਂ ਸਿੱਧੇ ਪਾਸੇ ਤੋਂ। ਇੱਕ ਕੁੰਡਾ ਉਤਾਰ ਕੇ ਇੱਕ ਇਸ ਤਰ੍ਹਾਂ ਉਤਾਰ ਲੈਣਾ। ਠੀਕ ਹੈ, ਥਰਿੱਡ ਕਰਨਾ ਹੈ ਅੱਗੇ। ਹੁਣ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਉਲਟਾ ਕੁੰਡਾ ਇਸ ਤਰ੍ਹਾਂ, ਇੱਕ ਕੁੰਡਾ ਘੱਟ ਗਿਆ ਆਪਣਾ। ਠੀਕ ਹੈ, ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਤਾ ਉਲਟਾ ਕੁੰਡਾ, ਇੱਕ ਕੁੰਡਾ ਘੱਟ ਗਿਆ। ਸਿੱਧੀ ਸਿਲਾਈ 'ਚ ਆਪਾਂ ਇਸੇ ਤਰ੍ਹਾਂ ਹਰ ਵਾਰ ਇੱਕ ਇੱਕ ਕੁੰਡਾ ਘਟਾਉਣਾ। ਪੰਜ ਕੁੰਡੇ ਆਪਾਂ ਵਧਾਏ ਸੀ, ਪੰਜ ਕੁੰਡੇ ਘਟਾ ਲੈਣੇ ਆ। ਉਲਟੀ ਸਿਲਾਈ ਸਾਰੀ ਆਪਾਂ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਹੈ। ਹੁਣ ਫਿਰ ਆ ਗਏ ਆਪਾਂ ਸਿੱਧੀ ਸਾਈਡ 'ਤੇ, ਦੋ ਕੁੰਡੇ ਆਪਾਂ ਉਸੇ ਤਰ੍ਹਾਂ ਬਣਾਉਣੇ ਇਹ ਆਈ ਕੋਡ ਵਾਲੇ। ਫਿਰ ਅੱਗੇ ਥਰੈਡ ਕਰਕੇ ਦੋ ਕੁੰਡਿਆਂ ਦਾ ਫਿਰ ਇੱਕ ਬਣਾ ਦੇਣਾ ਉਲਟਾ ਕੁੰਡਾ, ਫਿਰ ਸਾਰੇ ਕੁੰਡੇ ਉਲਟੇ। ਉਲਟੀ ਸਾਈਡ ਤੋਂ ਸਾਰੇ ਕੁੰਡੇ ਉਲਟੇ।
ਫਿਰ ਆ ਗਏ ਆਪਾਂ ਸਿੱਧੀ ਸਾਈਡ 'ਤੇ। ਇੱਕ ਕੁੰਡਾ ਉਤਾਰ ਕੇ ਫਿਰ ਇਹ ਉਤਾਰਿਆ ਆਪਾਂ ਦੂਸਰਾ ਕੁੰਡਾ, ਫਿਰ ਅੱਗੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਉਲਟਾ, ਅੱਗੇ ਸਾਰੇ ਕੁੰਡੇ ਆਪਣੇ ਉਲਟੇ। ਉਲਟੀ ਸਾਈਡ ਤੋਂ ਵੀ ਸਾਰੇ ਕੁੰਡੇ ਉਲਟੇ। ਜਦੋਂ ਆਪਾਂ ਕੁੰਡੇ ਵਧਾਏ ਆ ਤਾਂ ਆਪਾਂ ਉਲਟੀ ਸਾਈਡ ਤੋਂ ਵਧਾਏ ਆ, ਜਦੋਂ ਆਪਾਂ ਘਟਾਉਣੇ ਸਿੱਧੀ ਸਾਈਡ ਤੋਂ ਘਟਾਉਣੇ ਆ। ਫਿਰ ਇਸ ਤਰ੍ਹਾਂ ਆ ਗਏ ਆਪਾਂ ਸਿੱਧੀ ਸਾਈਡ 'ਤੇ, ਦੋ ਕੁੰਡੇ ਆਪਾਂ ਉਸੇ ਤਰ੍ਹਾਂ ਬਣਾ ਲੈਣੇ ਆ ਕਿਨਾਰੀ ਵੱਲ। ਫਿਰ ਅੱਗੇ ਦੋ ਕੁੰਡਿਆਂ ਦਾ ਬਣਾਵਾਂਗੇ ਕੁੰਡਾ ਉਲਟਾ, ਇਸ ਤਰ੍ਹਾਂ ਅੱਗੇ ਸਾਰੇ ਕੁੰਡੇ ਉਲਟੇ। ਉਲਟੀ ਸਾਈਡ ਤੋਂ ਸਾਰੇ ਕੁੰਡੇ ਉਲਟੇ। ਹੁਣ ਆ ਗਏ ਆਪਾਂ ਸਿੱਧੀ ਸਾਈਡ 'ਤੇ, ਫਿਰ ਜਿਹੜਾ ਇਸ ਤਰ੍ਹਾਂ ਦੋ ਕੁੰਡੇ ਉਤਾਰ ਕੇ ਕਿਨਾਰੀ ਵਾਲੇ, ਫਿਰ ਅੱਗੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ, ਬਾਕੀ ਸਾਰੇ ਕੁੰਡੇ ਉਲਟੇ। ਉਲਟੀ ਸਾਈਡ ਤੋਂ ਵੀ ਸਾਰੇ ਕੁੰਡੇ ਆਪਾਂ ਉਲਟੇ ਬਣਾਵਾਂਗੇ। ਹੁਣ ਆ ਗਏ ਆਪਾਂ ਸਿੱਧੀ ਸਾਈਡ 'ਤੇ, ਦੋ ਚਾਰ ਛੇ ਅੱਠ ਦਸ, ਹੁਣ ਆਪਣੇ ਕੋਲ ਦਸ ਕੁੰਡੇ ਰਹਿ ਗਏ। ਠੀਕ ਹੈ, ਪੰਜ ਕੁੰਡੇ ਆਪਾਂ ਵਧਾਏ ਸੀ, ਪੰਜ ਘਟਾ 'ਤੇ, ਤਾਂ ਹੁਣ ਇੱਕ ਸਿਲਾਈ ਫਿਰ ਉਸੇ ਤਰ੍ਹਾਂ ਆਪਾਂ ਸਿੱਧੇ ਪਾਸੇ ਤੋਂ ਵੀ ਉਲਟੀ ਬਣਾ ਲਾਂਗੇ ਅਤੇ ਉਲਟੇ ਪਾਸੇ ਤੋਂ ਵੀ ਇੱਕ ਉਲਟੀ ਬਣਾ ਲਾਂਗੇ। ਲਓ ਜੀ, ਹੁਣ ਕੁੰਡੇ ਆਪਣੇ ਕੋਲ ਜਿੰਨੇ ਆਪਾਂ ਕੁੰਡੇ ਸਿਲਾਈ 'ਤੇ ਪਾਏ ਸੀ ਉਨੇ ਰਹਿ ਗਏ। ਠੀਕ ਹੈ, ਦੋ ਚਾਰ ਛੇ ਅੱਠ ਦਸ। ਹੁਣ ਫਿਰ ਆਪਾਂ ਉਸੇ ਤਰ੍ਹਾਂ ਸਿੱਧੇ ਪਾਸੇ ਤੋਂ ਆਪਾਂ ਕੁੰਡਾ ਜਿਹੜਾ ਕੋਈ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ, ਉਲਟੇ ਪਾਸੇ ਤੋਂ ਵਧਾਵਾਂਗੇ
ਫਿਰ ਜਦੋਂ 15 ਕੁੰਡੇ ਬਣ ਗਏ ਫਿਰ ਸਿੱਧੇ ਪਾਸੇ ਤੋਂ ਘਟਾਵਾਂਗੇ। ਠੀਕ ਹੈ, ਧੰਨਵਾਦ।